ਕਿਉਂਕਿ ਗਰਮੀ ਇੰਨੀ ਜ਼ਿਆਦਾ ਕਿ ਲੋਕ ਬਿਮਾਰ ਹੋ ਰਹੇ ਨੇ। ਪੂਰਾ ਜੀ ਪੂਰਾ ਬਿਮਾਰ ਆਪ ਹੀ ਹੋਣਾ ਗਾ, ਰੁੱਖ ਹੈ ਨਹੀਂ, ਪਾਣੀ ਦੀ ਕਿੱਲਤ ਆਈ ਜਾਂਦੀ ਹੈ, ਕੀ ਦਿਨ ਕਰ ਦੇਣਾ, ਕੀ ਕਰੂਗਾ ਬੰਦਾ। ਗੌਰਮ ਤਾਂ ਜੀ ਅਸਰ ਗਰਮੀ ਦਾ ਹੈਗੀ ਆ ਬਹੁਤ ਜ਼ਿਆਦਾ ਹੀ, ਮੰਨਦੇ ਹਾਂ ਅਸੀਂ ਇਸ ਗੱਲ ਨੂੰ, ਪਰ ਰਾਤ ਦੀ ਮਰਜ਼ੀ ਉਹਨਾਂ ਦਾ ਮੀਂਹ ਪੈਂਦਾ ਹੈ, ਮੈਂ ਤਾਂ ਕਹਿੰਦਾ ਮੀਂਹ ਪਾ ਦੇ ਵਧੀਆ। ਬਹੁਤ 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 ਜ਼ਿਆਦਾ ਪ੍ਰੋਬਲਮ ਲਾਓ ਸਾਈਡ ਦਰੱਖਤ ਨਾ ਹੋਣ, ਸਾਰਾ ਦਰੱਖਤ ਕੱਟਿਆ ਜਾ ਰਿਹਾ, ਉਹਦੇ ਨਾਲ ਵਾਤਾਵਰਨ ਸਾਰਾ ਖਰਾਬ ਹੋ ਗਿਆ, ਇੰਨੀ ਗਰਮੀ ਕਦੀ ਇੰਨੀ ਇੰਨੀ ਗਰਮੀ ਨਹੀਂ ਪੈ ਗਈ। ਬਹੁਤ ਔਖਾ ਗਾ, ਛੱਤਾਂ ਤਪਦੀਆਂ ਨੇਗੀਆਂ, ਮੇਰਾ ਤਾਂ ਇਹੀ ਮੈਸੇਜ ਆ ਵੀ ਇੱਕ ਘਰ ਦੇ ਵਿੱਚ ਇੱਕ ਰੁੱਖ ਲੱਗਣਾ ਚਾਹੀਦਾ, ਜੇ ਰੁੱਖ ਹੋਣਗੇ ਤਾਂ ਮੀਂਹ ਪੈਣਗੇ। ਗਾਹਕਾਂ ਦੀ ਗਿਣਤੀ ਵੱਧ ਗਈ ਜਾਂ ਘੱਟ ਗਈ? ਡੈਫੀਨੇਟਲੀ ਜੀ ਵੱਧ ਰਹੀ ਹੈ ਜੀ ਗਿਣਤੀ, ਤਾਂ ਗਾਹਕਾਂ ਦੀ ਪਹਿਲਾਂ ਨਾਲੋਂ ਫਰਕ ਪੈ ਗਿਆ, ਪਰ ਦੁਪਹਿਰੇ ਗਾਹਕ ਨਹੀਂ ਹੁੰਦਾ, ਸ਼ਾਮ ਨੂੰ ਅਤੇ ਸਵੇਰੇ ਗਾਹਕ ਜ਼ਿਆਦਾ ਹੁੰਦਾ ਜੀ। ਪੂਰਾ ਮਤਲਬ ਸਾਰੇ ਬਿਮਾਰ ਹੋ ਰਹੇ ਜੀ, ਗਰਮੀ ਕਾਰਨ ਇੰਨਾ ਬੁਰਾ ਹਾਲ ਹੋ ਰਿਹਾ, ਇੰਨੀ ਗਰਮੀ ਪੈ ਰਹੀ ਹੈ, ਸਰਕਾਰ ਇਹਦੇ ਬਾਰੇ ਕੋਈ ਸੋਚ ਨਹੀਂ ਰਹੀ ਹੈ, ਦਰਖਤ ਸਾਰੇ ਕੱਟੇ ਗਏ ਨੇ ਆਪਣੇ, ਹੈਂ, ਦਰਖਤ ਹੋਣ ਕਾਰਨ ਇੰਨੀ ਗਰਮੀ ਪੈਦਾ ਹੋ ਰਹੀ ਹੈ। ਉੱਤਰ ਭਾਰਤ ਨੇ ਪੰਜਾਬ ਦੇ ਵਿੱਚ ਵੀ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਜੇਕਰ ਗੱਲ ਕੀਤੀ ਜਾਵੇ ਤਾਂ ਗਰਮੀ ਇੰਨੀ ਜ਼ਿਆਦਾ ਪੈ ਰਹੀ ਆ ਕਿ ਗਰਮੀ ਦੇ ਕਾਰਨ ਲੋਕ ਆਪਣੇ ਘਰਾਂ ਦੇ ਵਿੱਚੋਂ ਨਿਕਲਣਾ ਉਹਨਾਂ ਨੂੰ ਮੁਸ਼ਕਲ ਹੋਇਆ ਪਿਆ। ਜੇਕਰ ਕੋਈ ਵਿਅਕਤੀ ਨਿਕਲਦਾ ਤਾਂ ਸਿਰ ਦੇ ਉੱਤੇ ਗਿੱਲਾ ਕੱਪੜਾ ਕਰਕੇ ਰੱਖ ਕੇ ਫਿਰ ਬਾਜ਼ਾਰ ਨੂੰ ਤੁਰਦਾ, ਪਰ ਜੇਕਰ ਸੰਗਰੂਰ ਦੀ ਗੱਲ ਕੀਤੀ ਜਾਵੇ ਤਾਂ ਸੰਗਰੂਰ ਨੂੰ ਕਦੇ ਬਾਘਾਂ ਦਾ ਸ਼ਹਿਰ ਆਖਿਆ ਜਾਂਦਾ ਸੀ, ਪਰ ਬਾਘਾਂ ਦੇ ਸ਼ਹਿਰ ਦੇ ਵਿੱਚ ਤਰਾਸਦ ਦੀ ਇਹ ਕਿ ਸੰਗਰੂਰ ਬਾਘਾਂ ਦੇ ਸ਼ਹਿਰ ਦੇ ਵਿੱਚ ਟਾਮਾ ਟੱਲਾ ਦਰਖਤ ਦੇਖਣ ਨੂੰ ਮਿਲ ਰਿਹਾ, ਨਾ ਕਿਤੇ ਛਾਂ ਖੜਨ ਨੂੰ ਅਤੇ ਨਾ ਹੀ ਕੋਈ ਹੋਰ ਇੰਤਜ਼ਾਮ ਨਜ਼ਰ ਆਉਂਦੇ ਨੇ। ਜੇਕਰ ਗਰਮੀ ਦੀ ਗੱਲ ਕੀਤੀ ਜਾਵੇ ਤਾਂ ਗਰਮੀ ਤੋਂ ਬਚਣ ਦੇ ਲਈ ਲੋਕ ਤਰ੍ਹਾਂ ਤਰ੍ਹਾਂ ਦੇ ਉਪਰਾਲੇ ਕਰ ਰਹੇ ਨੇ। ਅਸੀਂ ਇੱਕ ਗੰਨੇ ਵਾਲੀ ਰਸਦੀ ਜੋ ਸਟਾਲ ਆ ਉਸ ਉੱਪਰ ਖੜ੍ਹੇ ਹਾਂ, ਤੁਸੀਂ ਵੇਖ ਵੀ ਸਕਦੇ ਹੋ ਕਿ ਗਰਮੀ ਤੋਂ ਬਚਣ ਦੇ ਲਈ ਗੰਨੇ ਦਾ ਸੇਵਨ ਕੀਤਾ ਜਾ ਰਿਹਾ। ਆ ਕੀ ਨਾਮ ਹੈ ਸਰ? ਦੇਵਦੱਤ ਸਰ। ਗਰਮੀ ਬੜੀ ਪੈ ਰਹੀ ਆ, ਕਿ ਗਰਮੀ ਤੋਂ ਬਚਣ ਦੇ ਲਈ ਗੰਨੇ ਦਾ ਰਸ ਪੀਤਾ ਜਾ ਰਿਹਾ? ਗਰਮੀ ਤੋਂ ਬਚਣ ਲਈ ਇਹਦਾ ਇਲਾਜ ਆ, ਬਸ ਹੋਰ ਕੋਈ ਇਲਾਜ ਨਹੀਂ ਹੈ, ਗੰਨੇ ਦਾ ਰਸ ਪੀਣ ਨਾਲ ਗਰਮੀ ਦੂਰ ਹੁੰਦੀ ਹੈ। ਕੀ ਕਾਰਨ ਮੰਨਦੇ ਹੋ ਕਿਉਂਕਿ ਲਗਾਤਾਰ ਗਰਮੀ ਵੱਧਦੀ ਹੋ ਜਾ ਰਹੀ ਹੈ? ਇਹ ਗਰਮੀ ਦਾ ਮੌਸਮ ਹੈ ਜੀ, ਗਰਮੀ ਤੋਂ ਹੁਣ ਬਸ ਆ ਮਾਣੀ ਕਾਰਸੀ ਆ ਰਹੀ ਹੈ, ਉਸ ਤੋਂ ਬਾਅਦ ਮੌਸਮ ਬਦਲ ਜਾਏਗਾ। ਤੁਹਾਨੂੰ ਨਹੀਂ ਲੱਗਦਾ ਕਿ ਸੰਗਰੂਰ ਕਦੇ ਬਾਘਾਂ ਦਾ ਸ਼ਹਿਰ ਹੁੰਦਾ ਸੀ, ਅੱਜ ਇੱਕ ਵੀ ਦਰਖਤ ਨਹੀਂ ਹੈਗਾ? ਇਹ ਤਾਂ ਬਹੁਤ 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 ਜ਼ਿਆਦਾ ਲੋਸ ਹੈ, ਦਰਖਤ ਨਾ ਹੋਣਾ, ਸਾਰਾ ਦਰਖਤ ਕੱਟਿਆ ਜਾ ਰਿਹਾ, ਉਹਦੇ ਨਾਲ ਵਾਤਾਵਰਨ ਸਾਰਾ ਖਰਾਬ ਹੋ ਗਿਆ, ਇੰਨੀ ਗਰਮੀ ਕਦੀ ਨਹੀਂ, ਇੰਨੀ ਗਰਮੀ ਹੁਣ ਪੈ ਗਈ ਹੈ। ਕੀ ਕਹਿਣਾ ਚਾਹੁੰਦੇ ਲੋਕਾਂ ਨੂੰ, ਨੌਜਵਾਨਾਂ ਨੂੰ? ਹਰ ਬੰਦੇ ਨੂੰ ਇੱਕ ਦਰਖਤ ਲਵਾਉਣਾ ਚਾਹੀਦਾ ਹੈ, ਇਹ ਮਨ ਧਾਰਨਾ ਕਰਕੇ ਉਸਦੀ ਪਾਲਣਾ ਵੀ ਕਰਨੀ ਚਾਹੀਦੀ ਹੈ, ਤਾਂ ਇਹ ਬਚੂਗਾ, ਨਹੀਂ ਇਹਦਾ ਇਸ ਤੋਂ ਵੀ ਬੁਰਾ ਹਾਲ ਹੋਏਗਾ। ਜੀ ਬਿਲਕੁਲ, ਇਹਨਾਂ ਦਾ ਕਹਿਣਾ ਕਿ ਹਰ ਇੱਕ ਵਿਅਕਤੀ ਨੂੰ ਮਨ ਵਿੱਚ ਧਾਰ ਲੈਣਾ ਚਾਹੀਦਾ ਕਿ ਦਰਖਤ ਲਗਾਉਣੇ ਹੀ ਲਗਾਉਣੇ ਨੇ, ਪਰ ਉੱਥੇ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਗੰਨੇ ਦੇ ਰਸ ਦੇ ਨਾਲ ਜੋ ਆਪਣੀ ਗਰਮੀ ਦੂਰ ਕੀਤੀ ਜਾ ਰਹੀ ਹੈ, ਤੁਸੀਂ ਵੇਖ ਵੀ ਸਕਦੇ ਹੋ, ਜੋ ਮਾਲਕ ਨੇ ਇੱਥੋਂ ਦੇ ਸਟਾਲ ਦੇ ਉਹਨਾਂ ਨਾਲ ਵੀ ਗੱਲ ਕਰ ਲੈਂਦੇ ਵੀ ਲਗਾਤਾਰ ਗਰਮੀ ਵੱਧਦੀ ਜਾ ਰਹੀ ਆ, ਉਹਨਾਂ ਦੇ ਕੰਮ ਦੇ ਵਿੱਚ ਇਜਾਫਾ ਹੋਇਆ ਜਾਂ ਨਹੀਂ ਹੋਇਆ? ਕੀ ਨਾਮ ਵੀਰੇ? ਕੁਲਦੀਪ ਰਾਮ। ਕੁਲਦੀਪ, ਬੜੀ ਗਰਮੀ ਪੈ ਰਹੀ ਆ, ਤੁਸੀਂ ਵੀ ਬੜੀ ਮੁਸ਼ਕਲ ਦੇ ਨਾਲ ਤਪਦੀ ਧੁੱਪ ਦੇ ਵਿੱਚ ਖੜ੍ਹਦੇ ਹੋ, ਜੇਕਰ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਹੁਣ ਗਾਹਕਾਂ ਦੀ ਗਿਣਤੀ ਵੱਧ ਗਈ ਜਾਂ ਘੱਟ ਗਈ? ਡੈਫੀਨੇਟਲੀ ਜੀ ਵੱਧ ਰਹੀ ਹੈ ਜੀ ਗਿਣਤੀ, ਤਾਂ ਗਾਹਕਾਂ ਦੀ ਪਹਿਲਾਂ ਨਾਲੋਂ ਫਰਕ ਪੈ ਗਿਆ, ਪਰ ਦੁਪਹਿਰੇ ਗਾਹਕ ਨਹੀਂ ਹੁੰਦਾ, ਸ਼ਾਮ ਨੂੰ ਅਤੇ ਸਵੇਰੇ ਗਾਹਕ ਜ਼ਿਆਦਾ ਹੁੰਦਾ ਜੀ, ਅਤੇ ਪਹਿਲਾਂ ਨਾਲੋਂ ਫਰਕ ਪੈ ਗਿਆ ਜੀ ਬਹੁਤ ਜ਼ਿਆਦਾ ਜੀ। ਲੋਕ ਹੁਣ ਗੰਨੇ ਪਿਆ ਮਤਲਬ ਜੂਸ ਨਾਲ ਪਿਆਸ ਬਚਾਉਂਦੇ ਨੇ ਜੀ, ਮਤਲਬ ਵਿਕਰੀ 'ਚ ਵਾਧਾ ਹੋ ਰਿਹਾ ਜੀ। ਮੈਂ ਦੇਖ ਰਿਹਾ ਕਿ ਤੁਹਾਡੇ ਵੱਲੋਂ ਵੀ ਇੱਕ ਡੇਕ ਲਗਾਈ ਗਈ ਆ,
ਕੀ ਵਾਤਾਵਰਨ ਨੂੰ ਬਚਾਉਣ ਦੀ ਕੋਸ਼ਿਸ਼ ਛੋਟੀ ਜਿਹੀ ਕੋਸ਼ਿਸ਼ ਆਖਾਂਗੇ? ਹਾਂਜੀ ਹਾਂਜੀ, ਇਹ ਤਾਂ ਦੇਖੋ ਜੀ, ਇੱਕ ਰੁੱਖ ਕਹਿੰਦੇ ਸਿਆਣੇ ਕਹਿੰਦੇ ਨੇ, ਇੱਕ ਰੁੱਖ 100 ਸੁੱਖ ਜੀ। ਡੇਕ ਲਾਈ ਹੈ ਜੀ, ਇਹਦੇ ਨਾਲ ਬਹੁਤ ਫਰਕ ਪੈ ਗਿਆ ਜੀ। ਪਹਿਲਾਂ ਇੱਧਰ ਹੀ ਡੇਕ ਲਾਈ ਸੀ, ਹੁਣ ਨਵੀਂ ਲਾਈ ਹੈ ਜੀ, ਇਹਦੇ ਨਾਲ ਬਹੁਤ ਫਰਕ ਪਊਗਾ ਜੀ। ਸ਼ਾਮ ਲੋਕ ਖੜ ਜਾਂਦੇ ਨੇ ਧੁੱਪੇ, ਤਾਂ ਤੁਹਾਨੂੰ ਪਤਾ ਹੀ ਹੈ ਜੀ, ਦਰੱਖਤਾਂ ਦੀ ਬਹੁਤ ਘਾਟ ਹੈ ਜੀ ਇਸ ਟਾਈਮ, ਅਤੇ ਦੁਨੀਆ ਦਾ ਬੁਰਾ ਹਾਲ ਹੋ ਰਿਹਾ ਜੀ। ਗਰਮੀ ਦੇ ਵਿੱਚ ਗਰਮ ਹਵਾਵਾਂ ਚੱਲ ਰਹੀਆਂ ਨੇ, ਬਹੁਤ ਫਰਕ ਹੈ ਜੀ। ਅਸੀਂ ਤਾਂ ਡੇਕ ਇਸੇ ਕਰਕੇ ਲਾਏ ਸੀ, ਚਲੋ ਇੱਕ ਰੁੱਖ ਨਾਲ ਬਹੁਤ ਫਰਕ ਪਊਗਾ ਜੀ। ਹਾਂ ਬਿਲਕੁਲ, ਜੇਕਰ ਆਖਿਆ ਜਾਵੇ ਇੱਕ ਰੁੱਖ 100 ਸੁੱਖ, ਇੱਕ ਰੁੱਖ 100 ਸੁੱਖ ਦੇ ਜ਼ਰੀਏ ਲੋਕਾਂ ਦੇ ਨਾਲ ਹੋਰ ਜੋ ਸੰਗਰੂਰ ਵਾਸੀ ਨੇ ਉਹਨਾਂ ਦੇ ਨਾਲ ਗੱਲ ਕਰ ਲੈਂਦੇ, ਉਹ ਕਿਸ ਤਰ੍ਹਾਂ ਵੇਖਦੇ ਨੇ, ਕਿਉਂਕਿ ਗਰਮੀ ਲਗਾਤਾਰ ਗਰਮੀ ਵੱਧਦੀ ਜਾ ਰਹੀ ਆ। ਕੀ ਨਾਮ ਵੀਰੇ? ਮੇਰਾ ਨਾਮ ਕੁਲਦੀਪ ਸਿੰਘ। ਕੁਲਦੀਪ, ਬੜੀ ਗਰਮੀ ਦੇ ਵਿੱਚ ਸਮਾਨ ਲੈ ਕੇ ਆਏ ਹੋ, ਦੁਕਾਨਦਾਰੀ ਕਰਨੀ ਪੈਂਦੀ ਆ, ਪਰ ਕਿਸ ਤਰ੍ਹਾਂ ਵੇਖਦੇ ਹੋ ਵੀ ਬਾਹਰ ਨਿਕਲਣਾ ਬੜਾ ਮੁਸ਼ਕਲ ਹੋਇਆ ਪਿਆ? ਬਾਈ ਤਾਂ ਅਸੀਂ ਠੰਡੇ ਠੰਡੇ ਆਏ ਹਾਂਗੇ, ਬਹੁਤ ਔਖਾ ਗਾ, ਸੱਤਾਂ ਤਪਦੀਆਂ ਨੇਗੀਆਂ। ਮੇਰਾ ਤਾਂ ਇਹੀ ਮੈਸੇਜ ਆ ਵੀ ਇੱਕ ਘਰ ਦੇ ਵਿੱਚ ਇੱਕ ਰੁੱਖ ਲੱਗਣਾ ਚਾਹੀਦਾ। ਜੇ ਰੁੱਖ ਹੋਣਗੇ ਤਾਂ ਮੀਂਹ ਪੈਣਗੇ, ਬਚਤ ਹੋਊਗੀ। ਹਾਂ ਤਾਂ ਬਚਤ ਹੋਊਗੀ। ਇੱਥੇ ਗੰਨੇ ਦਾ ਰਸ ਪੀਣ ਖੜੇ ਹੋ? ਗੰਨੇ ਦਾ ਰਸ ਪੀਣ ਖੜੇ ਹਾਂ ਬਾਈ, ਗਰਮੀ ਦੀ। ਬੱਚਾ ਮੇਰੇ ਨਾਲ ਕਹਿੰਦਾ ਮੈਂ ਰਸ ਪੀਣਾ, ਮੈਂ ਕਿਹਾ ਪੀਓ ਭਾਈ, ਗਰਮੀ ਜ਼ਿਆਦੇ ਆ। ਗਰਮੀ ਜ਼ਿਆਦੇ, ਅਸੀਂ ਵੀ ਉਹ ਕਹਿੰਦੇ ਜਿਸ ਤਰ੍ਹਾਂ ਕੋਈ ਗਿੱਲਾ ਕੱਪੜਾ ਕਰਕੇ ਆਪਣੇ ਬੱਚੇ ਦੇ ਆਪਣੇ ਸਿਰ 'ਤੇ ਵੀ ਲੈ ਸਕਦੇ ਹੋ, ਤੁਰ ਕੇ ਗਰਮੀ ਇੰਨੀ ਜ਼ਿਆਦਾ ਕਿ ਲੋਕ ਬਿਮਾਰ ਹੋ ਰਹੇ ਨੇ। ਪੂਰਾ ਜੀ ਪੂਰਾ ਬਿਮਾਰ ਆਪ ਹੀ ਹੋਣਾ ਗਾ, ਰੁੱਖ ਹੈ ਨਹੀਂ, ਪਾਣੀ ਦੀ ਕਿੱਲਤ ਆਈ ਜਾਂਦੀ ਹੈਗੀ ਦਿਨ ਪਰ ਦਿਨ, ਕੀ ਕਰੂਗਾ ਬੰਦਾ ਜੀ। ਬਿਲਕੁਲ, ਇਹਨਾਂ ਦਾ ਕਹਿਣਾ ਕਿ ਪਾਣੀ ਦੀ ਕਿੱਲਤ ਹੋ ਰਹੀ ਆ ਲਗਾਤਾਰ। ਜੇਕਰ ਗੱਲ ਕੀਤੀ ਜਾਵੇ ਤਾਂ ਰੁੱਖ ਕੱਟਦੇ ਜਾ ਰਹੇ ਨੇ, ਰੁੱਖਾਂ ਦੀ ਜੋ ਕਟਾਈ ਆ ਉਸ ਦੀ ਰਫਤਾਰ ਬੜੀ ਤੇਜ਼ ਆ, ਲਾਉਣ ਦੀ ਬੜੀ ਹੀ ਧੀਮੀ ਨਜ਼ਰ ਆਉਂਦੀ ਆ। ਅਤੇ ਲੋਕ ਆਪਣੀ ਗਰਮੀ ਨੂੰ ਦੂਰ ਕਰਨ ਦੇ ਲਈ ਗੰਨੇ ਦੇ ਰਸ ਦਾ ਸੇਵਨ ਕਰਦੇ ਹੋਏ ਨਜ਼ਰ ਆ ਰਹੇ ਨੇ ਸੰਗਰੂਰ ਦੇ ਵਿੱਚ। ਪਰ ਉਸ ਹੀ ਜੋ ਹਰ ਮਰਜ਼ਾ ਦੀ ਜ਼ਿੰਦਗੀ ਦੇ ਵਿੱਚ ਕੰਮ ਕਰਨ ਵਾਲੇ ਵਿਅਕਤੀ ਨੇ ਉਹਨਾਂ ਨੂੰ ਪੁੱਛ ਲੈਂਦੇ ਹਾਂ ਵੀ ਉਹ ਕਿਸ ਤਰ੍ਹਾਂ ਵੇਖਦੇ ਨੇ। ਕੀ ਨਾਮ ਹੈ ਸਰ? ਤਰਸੇਮ ਕੁਮਾਰ ਜੀ। ਤਰਸੇਮ ਜੀ, ਗਰਮੀ ਬਹੁਤ ਜ਼ਿਆਦਾ ਆ, ਕਿਉਂਕਿ ਕੰਮ ਕਾਰ ਵਾਲੇ ਨੂੰ ਤਾਂ ਆਉਣਾ ਹੀ ਪੈਂਦਾ, ਪਰ ਕਿਸ ਤਰ੍ਹਾਂ ਵੇਖਦੇ ਹੋ, ਕੀ ਕਾਰਨ ਆ? ਕਾਰਨ ਤਾਂ ਕੀ ਹੈ ਸਰ, ਗਰਮੀ ਤਾਂ ਹੈਗੀ ਆ ਬਹੁਤ ਜ਼ਿਆਦਾ ਹੀ, ਮੰਨਦੇ ਹਾਂ ਸੀਗੇ ਇਸ ਗੱਲ ਨੂੰ, ਪਰ ਦਾਤੇ ਦੀ ਮਰਜ਼ੀ, ਉਹਨਾਂ ਦਾ ਮੀਂਹ ਪਾਉਂਦਾ ਹੈਗਾ ਤਾਂ ਕਹਿੰਦਾ ਮੀਂਹ ਪਾ ਦੇ ਵਧੀਆ, ਪਰ ਗਰਮੀ ਸਾਡੇ ਬੰਦੇ ਦਾ ਵਿਚਾਰੇ ਐਂ ਪਿੰਗਲ ਜਾਂਦੇ ਨੇ, ਦੇਖੋ ਵੀ ਕੰਮ ਕਰਦੇ ਕਿਵੇਂ, ਕੰਮ ਤਾਂ ਛੱਡ ਕੇ ਸਾਰੇ ਹੁਣ ਦਿਲੋਂ ਘਰੇ ਵੱਗ ਗਏ, ਹੁਣ 7 ਵਜੇ ਆ ਜਾਂਦੇ ਨੇ ਹਾਜ਼ਰੀ ਦੇ। ਬਿਮਾਰ ਵੀ ਕਾਫੀ ਹੋ ਰਹੇ ਨੇ ਬੰਦੇ ਨੇ, ਅਸੀਂ ਖੁਦ ਬਿਮਾਰ ਹੋ ਰਹੇ ਹਾਂ ਸਰ, ਅਸੀਂ ਕੀ ਕਰੀਏ, ਅਸੀਂ ਖੁਦ ਬਿਮਾਰ ਹਾਂ, ਸਾਡੇ ਤੋਂ ਨਹੀਂ ਹੁੰਦਾ ਇਹ ਕੰਮ, ਅਸੀਂ ਕਰੀਏ ਕੀ? ਸਾਡੇ ਲੋਡਰ ਵਾਲਾ ਕਹਿੰਦਾ ਮੈਂ ਬਿਮਾਰ ਹਾਂ, ਉਹਦੇ ਗੋਡੇ ਪਾ ਰੱਖੇ ਨੇ ਉਹ, ਸਾਡਾ ਹੁਣੀ ਪ੍ਰਧਾਨ ਗਿਆ ਉਹਦੇ ਗੋਡੇ ਪਾ ਰੱਖੇ ਨੇ, ਦੱਸੋ ਕੀ ਕਰੀਏ ਅਸੀਂ। ਕੀ ਨਾਮ ਵੀਰੇ? ਸੋਨੂੰ ਸਾਈਕਲਾਂ ਦਾ ਜੀ। ਸੋਨੂੰ, ਸਾਈਕਲਾਂ ਦਾ ਕੰਮ ਕਰਦੇ ਹੋ, ਤਪਦੀ ਧੁੱਪ ਆ, ਬੇਸ਼ੱਕ ਤੁਹਾਡੇ ਵੱਲੋਂ ਇੱਕ ਡੇਕ ਲਗਾਈ ਗਈ ਸੀ, ਹੁਣ ਵੱਡੀ ਵੀ ਹੋ ਗਈ ਆ, ਕੰਮ 'ਤੇ ਕਿੰਨਾ ਕੁ ਅਸਰ ਪੈ ਰਿਹਾ? ਕੰਮ 'ਚ ਤਾਂ ਬਹੁਤ ਅਸਰ ਪੈ ਚੁੱਕਿਆ, ਸਵੇਰੇ ਸਵੇਰੇ ਕੰਮ ਹੁੰਦਾ ਹੈਗਾ, ਉਸ ਤੋਂ ਬਾਅਦ ਕੰਮ ਹੀ ਨਹੀਂ ਹੈ ਜੀ, ਸ਼ਾਮ ਨੂੰ ਨਿਕਲਦਾ ਗਾਹਕ ਮਾੜਾ ਮੋਟਾ, ਉਹ ਇਹਨਾਂ ਨੂੰ ਦਿਨ ਛਿਪ ਜਾਂਦਾ ਜੀ, ਕੀ ਕੰਮ ਕਰੀ ਦੱਸੋ, ਕੰਮ ਕਾਰ ਹੂੰ ਖਤਮ ਹੋਏ ਪਏ ਨੇ, ਠੀਕ ਹੈ ਨਾ ਜੀ। ਕਾਰਨ ਕੀ ਮੰਨਦੇ ਹੋ ਲਗਾਤਾਰ ਗਰਮੀ ਬਾਰੇ? ਕਾਰਨ ਗਰਮੀ ਦਾ ਕਾਰਨ ਹੈ ਜੀ, ਗਾਹਕ ਨਿਕਲਦਾ ਨਹੀਂ ਗਾ, ਪਿੰਡ ਦਾ ਗਾਹਕ ਆ ਨਿਕਲਦਾ ਨਹੀਂ ਗਾ, ਹੁਣ ਘੰਟਾ ਦੋ ਘੰਟੇ ਅਗਲਾ ਸ਼ਹਿਰ 'ਚੋਂ ਨਿਕਲ ਕੇ ਆਉਂਦਾ ਹੈਗਾ, ਉਹ ਵੀ ਨਿਕਲ ਜਾਂਦਾ। ਉਹਨੂੰ ਨਹੀਂ ਲੱਗਦਾ ਕਿ ਦਰਖਤ ਕੱਟੇ ਗਏ ਪੂਰੇ, ਲਾਉਣ ਦੀ ਕੋਈ ਸੋਚ ਨਹੀਂ ਰਿਹਾ? ਕੋਈ ਇਹ ਤਾਂ ਕੋਈ ਨਹੀਂ ਸੋਚ ਰਿਹਾ, ਕੋਈ ਸਰਕਾਰ ਨਹੀਂ ਸੋਚ ਰਹੀ, ਹੁਣ ਇਹ ਦਰਖਤ ਹੋਣੇ ਚਾਹੀਦੇ ਨੇ, ਵਾਤਾਵਰਨ ਉਹੀ ਗਰਮੀ ਦਾ ਘਟੂਗਾ, ਇਹਨਾਂ ਨੂੰ ਆਪ ਸੋਚਣਾ ਚਾਹੀਦਾ, ਕਦੇ ਸੋਚਿਆ ਨਹੀਂ ਇਹਨਾਂ ਨੇ, ਤਾਂ ਹਰੇਕ ਨੂੰ ਵੱਢਣ ਨੂੰ ਤਿਆਰ ਬੈਠੇ ਨੇ ਤਾਂ। ਬਿਲਕੁਲ, ਇਹਨਾਂ ਦਾ ਕਹਿਣਾ ਕਿ ਸੰਗਰੂਰ ਦੇ ਵਿੱਚੋਂ ਨਹੀਂ ਪੂਰੇ ਪੰਜਾਬ ਦੇ ਭਰ ਦੇ ਵਿੱਚੋਂ ਸੜਕਾਂ ਚੌੜੀਆਂ ਹੁੰਦੀਆਂ ਜਾ ਰਹੀਆਂ ਨੇ, ਅਤੇ ਜੋ ਦਰਖਤ ਲੱਗੇ ਹੁੰਦੇ ਨੇ ਉਸ ਨੂੰ ਕੱਟ ਦਿੱਤਾ ਜਾਂਦਾ। ਚਾਹੀਦਾ ਤਾਂ ਇਹ ਆ ਕਿ ਸਰਕਾਰ ਨੂੰ ਸੜਕ ਬਣਾਉਣ ਤੋਂ ਪਹਿਲਾਂ, ਕੱਟਣ ਤੋਂ ਪਹਿਲਾਂ ਉਸ ਤੋਂ ਪਤਾ ਹੁੰਦਾ ਵੀ ਕਿੱਥੇ ਤੱਕ ਰੋਡ ਜਾਣੀ ਆ, ਉੱਥੇ ਦਰਖਤ
ਲਗਾ ਦੇਣੇ ਚਾਹੀਦੇ ਨੇ। ਗਰਮੀ ਦਾ ਕਾਰਨ ਇਹ ਵੀ ਮੰਨਦੇ ਨੇ ਕਿ ਦਰਖਤਾਂ ਦਾ ਨਾ ਹੋਣਾ ਸਭ ਤੋਂ ਵੱਡਾ ਗਰਮੀ ਵਧਣ ਦਾ ਕਾਰਨ ਆ। ਰਮੇਸ਼ ਕੁਮਾਰ, ਰਮੇਸ਼ ਸਾਰਾ ਦਿਨ ਕੰਮ ਕਰਦੇ ਹੋ, ਕੰਮ ਕਰਾਉਣੇ ਵੀ ਹੋ, ਲਗਾਤਾਰ ਗਰਮੀ ਵੱਧਦੀ ਜਾ ਰਹੀ ਹੈ, ਕੀ ਸਾਥੀ ਬਿਮਾਰ ਵੀ ਹੋ ਰਹੇ ਨੇ? ਸਾਥੀ ਤਾਂ ਪੂਰੇ ਬਿਮਾਰ, ਸਾਥੀ ਕੀ ਜੀ, ਪੂਰਾ ਮਤਲਬ ਸਾਰੇ ਬਿਮਾਰ ਹੋ ਰਹੇ ਜੀ। ਗਰਮੀ ਕਾਰਨ ਇੰਨਾ ਬੁਰਾ ਹਾਲ ਹੋ ਰਿਹਾ, ਇੰਨੀ ਗਰਮੀ ਪੈ ਰਹੀ ਹੈ, ਸਰਕਾਰ ਇਹਦੇ ਬਾਰੇ ਕੋਈ ਸੋਚ ਨਹੀਂ ਰਹੀ ਹੈ। ਦਰਖਤ ਸਾਰੇ ਕੱਟੇ ਗਏ ਨੇ ਆਪਣੇ, ਹੈਂ, ਦਰਖਤ ਹੋਣ ਕਾਰਨ ਇੰਨੀ ਗਰਮੀ ਪੈਦਾ ਹੋ ਰਹੀ ਹੈ, ਪ੍ਰਦੂਸ਼ਣ ਇੰਨਾ ਫੈਲ ਗਿਆ, ਦੱਸੋ ਕੀ ਕਰੀਏ ਹੁਣ? ਜਿਹੜੇ ਮੁਲਾਜ਼ਮ ਨੇ ਉਹ ਤਾਂ ਵਿਚਾਰੇ ਕੰਮ ਕਰਦੇ ਨੇ, ਗਰਮੀ ਜੇ ਮਤਲਬ ਉਹਨਾਂ ਦਾ ਚੱਲ ਕੀ ਗਰਮੀ ਹੈ, ਉਹਨਾਂ ਤਾਂ ਡਿਊਟੀ ਕਰਨੀ ਹੈ ਜੀ। ਬਾਕੀ ਆਮ ਲੋਕ ਨੇ ਉਹ ਵੀ ਵਿਚਾਰੇ ਗਰਮੀ 'ਚ ਬਹੁਤ ਜ਼ਿਆਦਾ ਮਰ ਰਹੇ ਹੈ ਜੀ। ਇਹ ਤਾਂ ਸ਼ੁਕਰ ਹੈ ਵੀ ਚੱਲ ਇੰਨਾ ਕੁ ਮਾੜਾ ਮੋਟਾ ਇਹ ਆਪਣੇ ਜੂਸ ਜਸ ਵਾਲੇ ਖੜ੍ਹੇ ਨੇ ਵੀ ਤਾਂ ਕਰਕੇ ਲੋਕ ਬਚੇ ਬੈਠੇ ਨੇ, ਪਰ ਕੰਮ ਤਾਂ ਕਰਨਾ ਹੀ ਪੈਂਦਾ, ਕੰਮ ਤਾਂ ਕਰਨਾ ਪਊਗਾ, ਨਹੀਂ ਤਾਂ ਸਰਕਾਰ ਉਂ ਘਰੇ ਬਿਠਾ ਦੂਗੀ ਸਾਨੂੰ ਜੀ। ਬਿਲਕੁਲ, ਲਗਾਤਾਰ ਗਰਮੀ ਪੈ ਰਹੀ ਹੈ, ਗਰਮੀ ਦੇ ਕਾਰਨ ਜੋ ਇਹਨਾਂ ਦੇ ਸਾਥੀ ਨੇ ਕੰਮ ਕਰਨ ਵਾਲੇ ਨੇ ਉਹ ਲਗਾਤਾਰ ਬਿਮਾਰ ਹੋ ਰਹੇ ਨੇ। ਇਹਨਾਂ ਦਾ ਕਹਿਣਾ ਤਾਂ ਕਿ ਸੰਗਰੂਰ ਦੇ ਵਿੱਚੋਂ ਲਗਾਤਾਰ ਵਿਅਕਤੀ ਇਸ ਗਰਮੀ ਦੇ ਕਾਰਨ ਬਿਮਾਰ ਹੁੰਦੇ ਨਜ਼ਰ ਆ ਰਹੇ ਨੇ, ਅਤੇ ਕੁਛ ਲੋਕ ਗਰਮੀ ਤੋਂ ਬਚਣ ਦੇ ਲਈ ਜੇਕਰ ਗੱਲ ਕੀਤੀ ਜਾਵੇ ਤਾਂ ਜੋ ਗੰਨੇ ਦਾ ਰਸ ਆ ਜਾਂ ਫਿਰ ਹੋਰ ਇਸ ਤਰ੍ਹਾਂ ਦੇ ਉਪਰਾਲੇ ਇੱਥੇ ਤਾਂ ਆਈ ਆ ਜਾਂ ਫਿਰ ਗੂੰਦ ਕਤੀਰਾ ਉਹਨਾਂ ਲੋਕਾਂ ਦੇ ਵੱਲੋਂ ਲਗਾਤਾਰ ਪੀਤਾ ਜਾ ਰਿਹਾ ਗਰਮੀ ਦੇ। ਅਸੀਂ ਵੀ ਲਿਵਿੰਗ ਇੰਡੀਆ ਦੇ ਵੱਲੋਂ ਵੀ ਤੁਹਾਨੂੰ ਖਾਸ ਅਪੀਲ ਕਰਦੇ ਹਾਂ ਕਿ ਜੇਕਰ ਹੋ ਸਕੇ ਤਾਂ, ਜੇਕਰ ਜ਼ਰੂਰੀ ਕੰਮ ਨਹੀਂ ਹੈ ਤਾਂ ਇਸ ਗਰਮੀ ਦੇ ਦੌਰਾਨ ਆਪਣੇ ਘਰਾਂ ਦੇ ਵਿੱਚ ਰਹੋ, ਆਪਣੇ ਬੱਚਿਆਂ ਨੂੰ ਇਸ ਘਰਾਂ ਦੇ ਵਿੱਚ ਰੱਖੋ, ਕਿਉਂਕਿ ਲਗਾਤਾਰ ਗਰਮੀ ਆ। ਮੌਸਮ ਵਿਭਾਗ ਨੇ ਵੀ ਚੇਤਾਵਨੀ ਦਿੱਤੀ ਹੋਈ ਹੈ, 17 ਤਰੀਕ ਤੱਕ ਮੌਸਮ ਦੇ ਵਿੱਚ ਕੋਈ ਤਬਦੀਲੀ ਨਹੀਂ ਆ ਰਹੀ, 17 ਤੋਂ ਬਾਅਦ ਹੋ ਸਕਦਾ ਕਿ ਮੀਂਹ ਪੈਣ ਅਤੇ ਕੁਝ ਤਬਦੀਲੀ ਆ ਜਾਵੇ। ਕੈਮਰਾਮੈਨ ਮਹਿੰਦਰ ਦੇ ਨਾਲ ਹਰਜੀਤ ਸਿੱਧੂ, ਲਿਵਿੰਗ ਇੰਡੀਆ, ਸੰਗਰੂਰ।